ਪੰਚਾਇਤੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਵੱਲੋਂ ਸਰਕਾਰ ਖਿਲਾਫ ਪ੍ਰਦਰਸ਼ਨ। ਅੰਮ੍ਰਿਤਸਰ ਦੇ ਬਾਬਾ ਬਕਾਲਾ ਇਲਾਕੇ ਵਿੱਚ ਸਰਪੰਚੀ ਅਤੇ ਪੰਚੀ ਦੀ ਚੋਣ ਲੜਨ ਵਾਲੇ ਉਮੀਦਵਾਰਾਂ ਨੇ ਬਾਬਾ ਬਕਾਲਾ ਤਹਿਸੀਲ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਇਸ ਮੌਕੇ ਚੋਣ ਲੜਨ ਵਾਲੇ ਉਮੀਦਵਾਰਾਂ ਨੇ ਕਿਹਾ ਕਿ ਸਰਕਾਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਉਹਨਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ ਅਤੇ ਕਾਗਜ਼ ਪੂਰੇ ਹੋਣ ਦੇ ਬਾਵਜੂਦ ਉਹਨਾਂ ਨੂੰ ਚੋਣਾਂ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਸਮੂਹ ਉਮੀਦਵਾਰਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਉਹਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਬੰਦ ਕਰਨ ਦੀ ਮੰਗ ਕੀਤੀ। ਜੋ ਚੋਣ ਮੇਲਾ ਚੱਲ ਰਿਹਾ ਵਾ, ਲੋਕਤੰਤਰ ਦੀ ਮੁੱਢਲੀ ਇਕਾਈ ਦੀਆਂ ਇਲੈਕਸ਼ਨਾਂ ਨੇ 30 ਦਸੰਬਰ 2018 ਨੂੰ ਐਤਵਾਰ ਵਾਲੇ ਦਿਨ, ਉਸਦਾ ਜੋ ਅਫੀਸ਼ਲ ਐਲਾਨ ਹੋਇਆ ਉਹ 15 ਦਸੰਬਰ ਨੂੰ ਹੋਇਆ ਵਾ। ਉਸਦੇ ਦਿਨ ਤੋਂ ਨਾਮਜ਼ਦਗੀਆਂ ਦਾਖਲ ਹੋਣੀਆਂ ਸ਼ੁਰੂ ਹੋਈਆਂ। 15, 16, 17, 18 ਤੱਕ ਜੋ ਬਲਾਕ ਦੇ ਪੰਚਾਇਤ ਸਕੱਤਰ ਦੇ ਅਧਿਕਾਰੀ ਨੇ ਜਾਂ ਗ੍ਰਾਮ ਸੇਵਕ ਨੇ, ਉਹਨਾਂ ਨੇ ਸੱਤਾ ਧਿਰ ਤੋਂ ਇਲਾਵਾ ਕਿਸੇ ਵੀ ਪਾਰਟੀ ਦੇ ਉਮੀਦਵਾਰਾਂ ਨੂੰ ਜਾਂ ਸਪੋਰਟਰਾਂ ਨੂੰ ਕੋਈ ਵੀ ਚੁੱਲ੍ਹਾ ਟੈਕਸ ਜਾਰੀ ਨਹੀਂ ਕੀਤਾ, ਰਸੀਦਾਂ ਜਾਰੀ ਨਹੀਂ ਕੀਤੀਆਂ। ਇੱਥੋਂ ਤੱਕ ਕਿ ਬਲਾਕ ਦੇ ਵਿੱਚ ਬੈਠੇ ਹੀ ਨਹੀਂ, ਲੋਕ ਫੇਰੇ ਮਾਰਦੇ ਰਹੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਉਡੀਕਦੇ ਰਹੇ ਅਤੇ ਅਖੀਰ 18 ਤਰੀਕ ਦੀ ਰਾਤ ਨੂੰ ਜਿਨ੍ਹਾਂ ਨੇ ਆਪਣੇ ਸੈਕਟਰੀ ਲੱਭ ਲਏ, ਚਾਹੇ ਪਿੰਡ ਜਾ ਕੇ ਲੱਭ ਲਏ ਚਾਹੇ ਕਿਤੇ ਲੱਭ ਲਏ, ਉਹਨਾਂ ਨੂੰ ਚੁੱਲ੍ਹਾ ਟੈਕਸ ਮਿਲੇ। ਬਹੁਤੇ ਲੋਕ ਤਾਂ ਨੋਮੀਨੇਸ਼ਨ ਕਰਨ ਤੋਂ ਹੀ ਰਹਿ ਗਏ। ਅਤੇ ਉਸ ਤੋਂ ਬਾਅਦ ਕੀ ਕੀਤਾ ਗਿਆ ਕਿ ਸਾਡੇ ਨਾਲ ਤਾਂ ਚਲੋ ਅਸੀਂ ਆਪਣੀ ਐਫਰਟ ਵਰਤ ਕੇ ਜਾਂ DC ਸਾਹਿਬ ਤੱਕ ਪਹੁੰਚ ਕਰਕੇ, AD ਸਾਹਿਬ ਤੱਕ ਕਰਕੇ ਆਪਣੇ ਕਾਗਜ਼ ਬਚਾ ਗਏ। ਕੁਝ ਲੋਕ ਸਾਡੇ ਨਾਲ ਸਾਡੇ ਸਾਥੀ ਨੇ, ਸਾਡੇ ਮਤਲਬ ਕੁਝ ਸਾਡੇ ਲੋਕ ਇਨਸਾਫ ਪਾਰਟੀ ਦੇ ਨੇ, ਕੁਝ ਅਕਾਲੀ ਦਲ ਦੇ ਨੇ, ਕੁਝ ਕਮਿਊਨਿਸਟ ਨੇ, ਜਿਨ੍ਹਾਂ ਲੋਕਾਂ ਦੇ ਝੂਠੇ ਇਲਜ਼ਾਮ ਲਾ ਕੇ, ਪਟਵਾਰੀਆਂ ਦੀਆਂ ਝੂਠੀਆਂ ਰਿਪੋਰਟਾਂ ਲਵਾ ਕੇ, ਜਿਹੜੇ ਸੱਤਾਧਾਰੀ ਉਮੀਦਵਾਰਾਂ ਨੇ ਜਿਹੜੇ ਕਿ ਕਰਪਟ ਲੋਕ ਨੇ, ਉਹਨਾਂ ਨੇ ਸੱਤਾਧਾਰੀਆਂ ਦੇ ਪ੍ਰੈਸ਼ਰ ਹੇਠ ਪਟਵਾਰੀਆਂ ਨੇ ਕੀ ਕੀਤਾ, ਝੂਠੀਆਂ ਗਰਦੌਰੀਆਂ ਪੰਚਾਇਤੀ ਜ਼ਮੀਨਾਂ ਦੀਆਂ, ਸ਼ਾਮਲਾਟ ਜ਼ਮੀਨਾਂ ਦੀਆਂ, ਛੱਪੜਾਂ ਦੀਆਂ ਲਾ ਕੇ ਉਹਨਾਂ ਦੇ ਕਾਗਜ਼ ਰੱਦ ਕਰਵਾਏ। ਉਹਦੇ ਸੰਬੰਧੀ ਅਸੀਂ ਜੋ ਜਿੱਦਾਂ ਦੀ ਲਿਸਟ ਲੱਗੀ ਆ, ਕੱਲ੍ਹ ਸਵੇਰੇ 4 ਵਜੇ ਤੜਕੇ ਲਿਸਟ ਲੱਗੀ ਆ, ਕੁਝ ਲੋਕਾਂ ਦੀ ਤਾਂ ਲਿਸਟ ਹੀ ਨਹੀਂ ਲੱਗੀ, ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਕਾਗਜ਼ ਜਿਹੜੇ ਆ ਅਸੀਂ ਚੋਣ ਮੈਦਾਨ ਵਿੱਚ ਹੈਗੇ ਹਾਂ ਕਿ ਰਿਜੈਕਟ ਹਾਂ ਕਿ ਅਸੀਂ ਬਾਹਰ ਹਾਂ। ਇਸ ਵਾਸਤੇ ਅਸੀਂ ਪ੍ਰੋਟੈਸਟ ਕੀਤਾ ਆਪਣੇ ਸਾਥੀਆਂ ਨੂੰ ਨਾਲ ਲੈ ਕੇ। ਭੁਪਿੰਦਰ ਸਿੰਘ ਆ ਜੀ, ਮੈਂ ਪਿਛਲੇ 5 ਸਾਲਾਂ ਤੋਂ ਅਕਾਲੀ ਦਲ ਦਾ ਪੰਚਾਇਤ ਮੈਂਬਰ ਹਾਂ। ਅਸੀਂ ਪਿੰਡ 'ਚ ਬਹੁਤ ਵਿਕਾਸ ਕੀਤਾ, ਉਸ ਵਿਕਾਸ ਤੋਂ ਡਰਦੇ ਹੋਏ ਹੁਣ ਸਾਡੇ ਕਾਗਜ਼ ਨਹੀਂ ਦਾਖਲ ਹੋਣ ਦਿੰਦੇ। ਅਸੀਂ ਬੜੀ ਜੱਦੋ ਜਹਿਦ ਨਾਲ ਸੰਘਾ ਸਾਹਿਬ, DC ਸਾਹਿਬ ਦੇ ਸਹਿਯੋਗ ਦੇ ਨਾਲ ਕਾਗਜ਼ ਦਾਖਲ ਕਰਾਏ ਆ। ਹੁਣ ਇਹ ਸਾਨੂੰ ਮਤਲਬ ਝੂਠੇ ਪਰਚੇ 'ਚ ਫਸਾ ਕੇ ਅਤੇ ਚੋਣ ਪ੍ਰਚਾਰ ਤੋਂ ਡੱਕ ਰਹੇ ਆ। ਅਤੇ ਅਸੀਂ ਇਹੋ ਹੀ ਮੰਗ ਤੁਹਾਡੇ ਮਾਧੀ ਆਰੰਭ ਕਰਦੇ ਹਾਂ ਕਿ ਜਿਹੜੇ ਝੂਠੇ ਪ੍ਰਚਾਰ ਆ ਕਰਕੇ ਮਤਲਬ ਪਰਚੇ ਕਰਕੇ ਸਾਨੂੰ ਇਹ ਡੱਕਣਾ ਚਾਹੁੰਦੇ ਆ, ਉਹਦੇ ਤੋਂ ਸਾਨੂੰ ਮਤਲਬ ਜੀ ਸਰ, ਕਿਉਂਕਿ ਮਤਲਬ ਸ਼ਰੇਆਮ ਉਹਨਾਂ ਨੂੰ ਪਤਾ ਲੱਗਣ ਡਿਆ ਕਿ ਅਸੀਂ ਚੋਣਾਂ ਲੜ ਕੇ ਨਹੀਂ ਜਿੱਤ ਸਕਦੇ, ਜਿਹਦਾ ਕਰਕੇ ਉਹਨਾਂ ਨੇ ਮਤਲਬ ਕਿ ਜਿੱਥੇ ਵੀ ਇਹ ਕਾਗਜ਼ ਰੱਦ ਕੀਤੇ ਆ ਉੱਥੋਂ ਦੇ ਸਰਪੰਚ ਬੜੀ ਵੱਡੀ ਫਰਕ ਨਾਲ ਹਾਰ ਰਹੇ ਸੀਗੇ, ਜਿਹਦਾ ਕਰਕੇ ਇਹਨਾਂ ਨੇ ਦੂਜੇ ਉਮੀਦਵਾਰਾਂ ਦੇ ਕਾਗਜ਼ ਹੀ ਨਹੀਂ ਦਾਖਲ ਹੋਣ ਦਿੱਤੇ। ਕਾਰਨ ਰੱਦ ਕਰਨ ਦਾ ਦੱਸਿਆ ਕਿ ਛੱਪੜ 'ਤੇ ਕਬਜ਼ਾ ਹੈ, ਇਹ ਤਾਂ ਛੱਪੜ ਦੇ ਕਿਸੇ ਦਾ ਵੀ ਕਬਜ਼ਾ ਨਹੀਂ ਹੈ, ਜਾਂ ਤਾਂ ਉਹ ਸਾਬਤ ਕਰਦੇ ਜਾਂ ਉਹਨਾਂ ਨੂੰ ਕੋਈ ਲੀਗਲ ਨੋਟਿਸ ਭੇਜਿਆ ਹੁੰਦਾ BDPO ਦਫ਼ਤਰ ਵੱਲੋਂ ਪਹਿਲਾਂ, ਜਾਂ ਉਹਨਾਂ ਦੇ ਵਿਰੁੱਧ ਕੋਈ ਦਰਖਾਸਤ ਗਈ ਹੁੰਦੀ, ਫਿਰ ਤਾਂ ਉਹ ਕਹਿੰਦਾ ਕਿ ਮੇਰਾ ਕਬਜ਼ਾ ਹੈਗਾ। ਜਦੋਂ ਕੋਈ ਕਬਜ਼ਾ ਵੀ ਨਹੀਂ ਹੈ, ਕੋਈ ਬੰਦੇ ਨੂੰ ਪਤਾ ਵੀ ਨਹੀਂ ਹੈ ਕਿ ਇਹਨਾਂ ਨੇ ਐਲੀਗੇਸ਼ਨ ਹੀ ਇਹੋ ਜਿਹੇ ਲਾਏ ਆ ਕਿ ਛੱਪੜ 'ਤੇ ਰਾਤ, ਫਿਰ 4 ਵਜੇ ਐਲੀਗੇਸ਼ਨ ਲਾ ਕੇ ਇਹਨਾਂ ਲਿਸਟਾਂ ਲਾਈਆਂ ਸਾਰੀਆਂ ਰੱਦ ਕਰਕੇ ਕਾਗਜ਼। ਸਰ ਸਟੈਪ ਤਾਂ ਇਹੋ ਹੀ ਹੈ ਕਿ ਸਾਡੀ ਕੋਸ਼ਿਸ਼ ਇਹ ਹੋਗੀ ਕਿ ਅਸੀਂ ਪਿੰਡਾਂ ਦੇ ਵਿੱਚ ਬੂਥ ਨਹੀਂ ਲੱਗਣ ਦੇਵਾਂਗੇ, ਇਹਨਾਂ ਦੇ ਵੋਟਾਂ ਨਹੀਂ ਪੈਣ ਦੇਵਾਂਗੇ, ਜਾਂ ਤਾਂ ਸਾਨੂੰ ਸਾਡਾ ਇਨਸਾਫ ਮਿਲਣਾ ਚਾਹੀਦਾ, ਸਾਡੇ ਉਮੀਦਵਾਰ ਦੇ ਕਾਗਜ਼ ਜਿਹੜੇ ਬਹਾਲ ਕੀਤੇ।